ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ 'ਤੇ ਨਜ਼ਰ ਮਾਰਾਂਗੇ। ਕਲਥ ਇੰਸ਼ੋਰੈਂਸ ਏਜੰਸੀ ਸਾਨੂੰ ਜੇ 408-272-5000 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਬਸ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ ਬੇਕਰਸਵੇਰ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ, ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੀ, ਉਸ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਚੱਲ ਰਹੀਆਂ। ਐਕਚੁਲੀ ਇਹ ਅਟਕਲਾਂ ਚੱਲ ਤਾਂ ਜਿਹੜੀਆਂ ਦੀ ਉਹ ਕਈ ਦਿਨਾਂ ਤੋਂ ਰਹੀਆਂ ਨੇ, ਡੇ ਬਾਈ ਡੇ ਇਹਨਾਂ ਨੂੰ ਹੋਰ ਬਲ ਜਿਹੜਾ ਦੀ ਉਹ ਮਿਲ ਰਿਹਾ। ਜਿਸ ਦਿਨ ਤੋਂ ਜਿਹੜੇ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਦੀ ਗਿਣਤੀ ਵਧੀ ਆ, 10,000 ਪੈਰਾਮਿਲਟਰੀ ਫੋਰਸਿਸ ਜਿਹੜੀਆਂ ਦੀ ਉਹ ਭੇਜੀਆਂ ਨੇ ਸੈਂਟਰ ਦੀ ਸਰਕਾਰ ਨੇ, ਤੇ ਰਾਸ਼ਟਰਪਤੀ ਰਾਜ ਜੰਮੂ ਕਸ਼ਮੀਰ ਦੇ ਵਿੱਚ ਹੈ ਤੇ ਪੁਲਿਸ ਨੂੰ ਮੁਸਤੈਦ ਰਹਿਣ ਦੇ ਵਾਸਤੇ ਆਖਿਆ ਗਿਆ। ਔਰ ਨਾ ਸਿਰਫ ਜੰਮੂ ਕਸ਼ਮੀਰ ਦੀ ਬਲਕਿ ਨਾਲ ਲੱਗਵੇ ਸੂਬਿਆਂ ਦੇ ਵਿੱਚ ਵੀ ਅਲਰਟ ਜਿਹੜਾ ਦੀ ਉਹ ਕੀਤਾ ਗਿਆ। ਇਹਨੂੰ ਲੈ ਕੇ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਨੇ ਰਾਮ ਮਾਧਵ, ਉਹਨੇ ਜਿਹੜੀ ਅਜੀ ਇਹ ਗੱਲ ਕਹੀ ਆ ਕਿ ਕੇਂਦਰ ਦੇ ਵੱਲੋਂ ਵਿਵਾਦ ਗ੍ਰਸਤ ਕਾਨੂੰਨ ਸੰਬੰਧੀ ਲਿਆ ਗਿਆ ਫੈਸਲਾ ਸੂਬੇ ਦੇ ਹਿੱਤ ਦੇ ਵਿੱਚ ਹੋਊਗਾ। ਉਹਨਾਂ ਨੇ ਇਹ ਕਿਹਾ ਕਿ ਭਾਜਪਾ ਇਸ ਸੰਬੰਧੀ ਫੈਸਲਾ ਨਹੀਂ ਲੈ ਸਕਦੀ, ਜਿਨ੍ਹਾਂ ਦੇ ਕੋਲੇ ਧਾਰਾ 35A ਬਾਰੇ ਫੈਸਲਾ ਲੈਣ ਦੇ ਅਧਿਕਾਰ ਤੇ ਸ਼ਕਤੀਆਂ ਨੇ ਉਹ ਢੁਕਵੇਂ ਸਮੇਂ ਦੇ ਉੱਤੇ ਇਹਦੇ ਬਾਰੇ ਫੈਸਲਾ ਕਰਨਗੇ, ਜਿਹਦਾ ਇਸ਼ਾਰਾ ਕੇਂਦਰ ਦੀ ਸਰਕਾਰ ਦੇ ਵੱਲ ਸੀ। ਉੱਧਰ ਜਿਹੜੀ ਪ੍ਰਧਾਨ ਮੰਤਰੀ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਛ ਲੋਲੀਪੋਪ ਵੀ ਜਿਹੜੇ ਉਹ ਦਿੱਤੇ ਗਏ ਆ। ਜੰਮੂ ਤੇ ਕਸ਼ਮੀਰ ਰਿਜ਼ਰਵੇਸ਼ਨ ਬਿੱਲ 2019 ਨੂੰ ਪ੍ਰਵਾਨ ਕੀਤਾ ਗਿਆ। ਸਰਕਾਰੀ ਤੌਰ ਦੇ ਉੱਤੇ ਜਾਰੀ ਬਿਆਨ ਦੇ ਵਿੱਚ ਇਸ ਬਿੱਲ ਦੇ ਨਾਲ ਕਿਸੇ ਵੀ ਜਾਤ ਤੇ ਧਰਮ ਦੇ ਨਾਲ ਸੰਬੰਧਿਤ ਆਰਥਿਕ ਤੌਰ ਦੇ ਉੱਤੇ ਜਿਹੜੇ ਕਮਜ਼ੋਰ ਨੌਜਵਾਨ ਨੇ ਉਹਨਾਂ ਨੂੰ ਪਹਿਲਾਂ ਮਿਲਦੇ ਰਾਖਵੇਂਕਰਨ ਦੇ ਨਾਲ ਨੌਕਰੀਆਂ ਤੇ ਪੜ੍ਹਾਈ ਦੇ ਵਿੱਚ ਵੱਖਰੇ ਤੌਰ ਦੇ ਉੱਤੇ 10% ਤੱਕ ਰਾਖਵਾਂਕਰਨ ਜਿਹੜਾ ਦੀ ਉਹ ਮਿਲ ਸਕਦਾ। ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਜੀ, ਉਹ ਸਿਰਫ ਉਹਨਾਂ ਕਰਕੇ ਇਹ ਅਟਕਲਾਂ ਜਿਹੜੀਆਂ ਦੀ ਉਹ ਜ਼ਿਆਦਾ ਨਿੱਘੀਆਂ, ਬਲਕਿ ਜਿਹੜੇ ਉੱਥੇ ਰਹਿੰਦੇ ਲੋਕ ਆ ਕੁਛ ਸੂਤਰਾਂ ਦੇ ਮੁਤਾਬਕ ਉਹ ਆਪਣੇ ਘਰਾਂ ਦੇ ਅੰਦਰ ਜਿਹੜਾ ਦੀ ਰਾਸ਼ਨ ਵਗੈਰਾ ਭਰ ਰਹੇ ਆ। ਉਹਨਾਂ ਨੂੰ ਵੀ ਲੱਗਦਾ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਕੁਛ ਦਿਨਾਂ ਦੇ ਵਾਸਤੇ ਉਹਨਾਂ ਨੂੰ ਘਰਾਂ ਦੇ ਅੰਦਰ ਹੀ ਰਹਿਣਾ ਪੈ ਸਕਦਾ ਜੀ। ਇਹ ਕੀ ਹੋ ਸਕਦਾ, ਇਹਨੂੰ ਵੱਡੀਆਂ ਅਟਕਲਾਂ ਨੇ। ਜੇ ਜਿਹੜਾ ਮੈਂ ਬਿਆਨ ਰਾਮ ਮਾਧਵ ਵਾਲਾ ਜਿਹੜਾ ਦੀ ਉਹ ਸਾਂਝਾ ਕੀਤਾ, ਜੇ ਉਹਦੀ ਗੱਲ ਨੂੰ ਜਿਹੜਾ ਦੀ ਉਹ ਅੱਗੇ ਲਿਜਾਈਏ ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀ 35A ਆ ਇਹ ਹਟਾਈ ਜਾ ਸਕਦੀ ਹੈ ਜੰਮੂ ਕਸ਼ਮੀਰ ਦੇ ਵਿੱਚੋਂ, ਤੇ ਇਹਦੇ ਤੋਂ ਬਾਅਦ ਉੱਠਣ ਵਾਲਾ ਜਿਹੜਾ ਰੌਲਾ ਰੱਪਾ ਉਹਨੂੰ ਥੱਲਣ ਦੇ ਵਾਸਤੇ ਫਿਰ ਜਿਹੜੀ ਦੀ ਉਹ ਸਰਕਾਰ ਕੀ ਕਰੂਗੀ, ਉਹਦੀਆਂ ਅਗਾਊ ਤਿਆਰੀਆਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ ਕਿਹਾ ਜਾ ਸਕਦਾ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਤੇਜ਼ੀ ਦੇ ਨਾਲ ਬਿੱਲ ਵਗੈਰਾ ਸਾਰੇ ਦੇ ਸਾਰੇ ਜਿਹੜੇ ਦੀ ਉਹ ਪਾਸ ਕਰੀ ਜਾ ਰਹੀ ਆ, ਇਹ ਫੈਸਲਾ ਸੰਭਾਵੀ ਰੂਪ ਦੇ ਵਿੱਚ 35A ਵਾਲਾ 15 ਅਗਸਤ ਨੂੰ ਪ੍ਰਧਾਨ ਮੰਤਰੀ ਜਿਹੜਾ ਦੀ ਉਹ ਐਲਾਨ ਕਰ ਸਕਦੇ ਆ। ਉਦੋਂ ਪਹਿਲਾਂ ਦੀਆਂ ਜਿਹੜੀਆਂ ਦੀ ਇਹ ਸਾਰੀਆਂ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੀ ਨੇ 35A ਹਟਾਈ ਜਾਂਦੀ ਆ, 370A ਹਟਾਈ ਜਾਂਦੀ ਆ, ਕਿਸ ਪਾਸੇ ਵੱਲ ਨੂੰ ਜਿਹੜੀ ਦੀ ਉਹ ਕਹਾਣੀ ਜਾਂਦੀ ਆ, ਇਹ ਆਉਂਦੇ ਕੁਛ ਦਿਨਾਂ ਦੇ ਦੌਰਾਨ ਕਾਫੀ ਕੁਛ ਜਿਹੜਾ ਦੀ ਉਹ ਸਾਹਮਣੇ ਆਊ ਜੀ। ਹੈ ਲੋਕਾਂ ਨੂੰ ਖਤਰਾ ਹੀ ਆ ਕਿ ਕੀ ਕਰਨਗੇ ਅੱਗੇ। ਗੱਲ ਕਰਦੇ ਹਾਂ ਬੱਚੇ ਜਿਸ ਤਰ੍ਹਾਂ ਗੁੰਮ ਹੋ ਰਹੇ ਆ, ਉਹਨਾਂ ਦੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ, ਉਸ ਨੂੰ ਲੈ ਕੇ ਸਿੱਟ ਬਣਾਈ ਗਈ ਆ। ਬਿਲਕੁਲ ਜੀ, ਇੱਕ ਬਣ ਗਿਆ ਹੁਣ ਸਿੱਟ ਹੀ, ਸਿੱਟ ਜਿਹੜੀਆਂ ਦੀ ਉਹ ਹੋ ਜਾਣੀਆਂ ਨੇ, ਮੇਰੇ ਖਿਆਲ ਸਾਰੀ ਪੁਲਿਸ ਸਿੱਟ 'ਚ ਹੀ ਲੱਗ ਜਾਣੀ ਆ। ਇੱਕ ਤਾਂ ਜੀ ਜਿਹੜੀ ਨਰਵਾਣਾ ਬ੍ਰਾਂਚ ਦੇ ਵਿੱਚੋਂ ਜਿਹੜਾ 27 ਜੁਲਾਈ ਨੂੰ ਬੱਚੇ ਦੀ ਡੈਡ ਬੋਡੀ ਮਿਲੀ ਸੀਗੀ, ਇਹਦਾ DNA ਟੈਸਟ ਦੇ ਵਾਸਤੇ ਹੱਡੀਆਂ, ਦੰਦ, ਵਾਲ ਤੇ ਮਾਸ ਦੇ ਨਮੂਨੇ ਲੈ ਕੇ ਪੁਲਿਸ ਨੇ ਫੋਰੈਂਸਿਕ ਲੈਬ ਦੇ ਵਿੱਚ ਜਿਹੜਾ ਦੀ ਉਹ ਜਮ੍ਹਾਂ ਕਰਵਾਏ ਆ। ਬੱਚੇ ਦਾ ਕੋਈ ਵਾਰਸ ਜਿਹੜਾ ਦੀ ਉਹ ਸਾਹਮਣੇ ਨਹੀਂ ਆਇਆ, ਭਾਵੇਂ ਕਿ ਬੱਚਿਆਂ ਦੇ ਮਾਪੇ ਇਹਨੂੰ ਆਪਣਾ ਬੱਚਾ ਦੱਸਣ ਤੋਂ ਇਨਕਾਰ ਕਰ ਰਹੇ ਆ ਜਿਹੜੇ ਗੁਆਚੇ ਸੀਗੇ, ਪਰ ਕਿਸੇ ਵਾਰਸ ਦੇ ਸਾਹਮਣੇ ਨਾ ਆਉਣ ਦੇ ਉੱਤੇ ਪੁਲਿਸ ਨੂੰ ਅਜੇ ਵੀ ਤੌਖਲਾ ਹੈ ਕਿ ਇਹ ਲਾਸ਼ ਜਿਹੜੀ ਆ, ਦੋ ਜਿਹੜੇ ਬੱਚੇ ਗੁਆਚੇ ਉਹਨਾਂ ਦੇ ਵਿੱਚੋਂ ਇੱਕ ਹਸ਼ਨਦੀਪ ਦੀ ਜਿਹੜੀ ਉਹ ਹੋ ਸਕਦੀ ਆ। ਕਿਹੜੀ ਗੰਡਿਆ ਪਿੰਡ ਪੈਂਦਾ ਪਟਿਆਲੇ ਦੇ ਨਾਲ ਹੀ ਰਾਜਪੁਰਾ ਰੋਡ ਦੇ ਉੱਤੇ।
ਜਿਹੜੇ ਜੀ ਅੱਜ ਦਸਵਾਂ ਦਿਨ ਹੋ ਗਿਆ, ਕੋਈ ਇਹਦਾ ਭੇਦ ਅਜੇ ਤੱਕ ਜਿਹੜਾ ਜੀ ਉਹ ਨਹੀਂ ਲੱਗ ਸਕਿਆ। ਪੁਲਿਸ ਦੀਆਂ ਦਿਨ ਰਾਤ ਦੀਆਂ ਸਰਗਰਮੀਆਂ ਕਿਸੇ ਸਿੱਟੇ ਦੇ ਉੱਤੇ ਨਹੀਂ ਪਹੁੰਚ ਸਕੀਆਂ। ਹੁਣ ਜਿਹੜੇ ਡੀ ਜੀ ਪੀ ਨੇ ਉਹਦੇ ਵੱਲੋਂ 3 IPS ਅਧਿਕਾਰੀਆਂ ਦੇ ਉੱਤੇ ਆਧਾਰਿਤ SIT ਜਿਹੜੀ ਜੀ ਉਹ ਗਠਿਤ ਕਰਤੀ ਹੈ। SIT ਨੇ ਆਪਣਾ ਕੰਮ ਸ਼ੁਰੂ ਕਰਤਾ ਜੀ 3 ਘੰਟਿਆਂ ਦੀ ਇਹ ਮੀਟਿੰਗ ਕਰਕੇ। ਹੁਣ ਤੱਕ ਦੀ ਜਿਹੜੀ ਜਾਂਚ ਪ੍ਰਕਿਰਿਆ ਸੀਗੀ ਉਹਦੇ ਉੱਤੇ ਨਜ਼ਰਸਾਨੀ ਜਿਹੜੀ ਹੈ ਜੀ ਉਹ ਕੀਤੀ ਗਈ ਹੈ ਕਿ ਹੁਣ ਤੱਕ ਵੀ ਹੋਇਆ ਤੇ ਅੱਗੋਂ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਜਾਣਾ। ਪੁਲਿਸ ਨੇ ਕੁਛ ਤਾਈਂ RV ਜਿਹੜਾ ਟੋਇਲਟ ਸਿਸਟਮ ਹੈ, ਜਿਹੜੀਆਂ ਗਰਕੀਆਂ ਬਣਾਈਆਂ ਜਾਂਦੀਆਂ ਨੇ, ਉਹਨਾਂ ਨੂੰ ਵੀ ਖੰਗਾਲਣ ਦਾ ਫੈਸਲਾ ਜਿਹੜਾ ਜੀ ਕੀਤਾ। ਸੀਵਰੇਜ ਸਿਸਟਮ ਦੇ ਨਾਲ ਜੁੜੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਮਦਦ ਲਈ ਜਾ ਰਹੀ ਹੈ। ਜਿਹੜੀ ਇਹ SIT ਬਣੀ ਹੈ ਇਹਦੇ ਵਿੱਚ ਪਟਿਆਲਾ ਰੇਂਜ ਦੇ IG ਅਮਰਦੀਪ ਸਿੰਘ ਰਾਏ ਇਹਦੀ ਅਗਵਾਈ ਕਰਨਗੇ। ਇਹਦੇ ਵਿੱਚ ਵਰਿੰਦਰਪਾਲ ਸਿੰਘ ਤੇ ਸਰਬਜੀਤ ਸਿੰਘ ਜਿਹੜੇ ਦੀ ਉਹ ਸ਼ਾਮਿਲ ਕੀਤੇ ਗਏ ਆ। 9 ਦਿਨਾਂ ਦੇ ਵਿੱਚ ਵੀ ਪਰਿਵਾਰ ਨੂੰ ਇਸ ਸੰਬੰਧੀ ਕੋਈ ਫੋਨ ਕਾਲ ਨਹੀਂ ਆਈ, ਭਾਵ ਕਿ ਜੇ ਕਿਸੇ ਨੇ ਅਗਵਾ ਕੀਤੇ ਨੇ ਫਰੌਤੀ ਲਈ ਅਗਵਾ ਕੀਤੇ ਹੁੰਦੇ ਤੇ ਕੋਈ ਫੋਨ ਕਾਲ ਨਹੀਂ ਆਈ, ਨਾ ਬੱਚਿਆਂ ਨੂੰ ਚੁੱਕਦਿਆਂ ਕਿਸੇ ਨੇ ਦੇਖਿਆ। ਇਹ ਏਡਾ ਭੇਦ ਜਿਹੜਾ ਜੀ ਉਹ ਬਣ ਗਿਆ ਜਿਹੜਾ ਕਿ ਪੁਲਿਸ ਦੀ ਵੀ ਸਮਝ ਤੋਂ ਬਾਹਰ ਹੈ। ਪੁਲਿਸ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ ਜੀ, ਲਗਾਤਾਰ ਕੀਤੀ ਹੈ, ਅੱਜ ਵੀ ਕਰ ਰਹੀ ਹੈ, ਪਰ ਇੰਨਾ ਜ਼ਰੂਰ ਹੈ ਕਿ ਜਿਵੇਂ ਲੰਘ ਗਿਆ ਸਮਾਂ ਹੱਥ ਨਹੀਂ ਨਾ ਆਉਂਦਾ। ਜੇਕਰ ਜਿਸ ਦਿਨ ਇਹ ਬੱਚੇ ਚੁੱਕੇ ਗਏ ਆ ਉਸ ਰਾਤ ਨੂੰ ਪੁਲਿਸ ਦੀ ਇੰਨੀ ਮੁਸਤੈਦੀ ਹੁੰਦੀ ਜਿੰਨੀ ਬਾਅਦ ਦੇ ਵਿੱਚ ਹੋਈ ਆ, ਤੇ ਸ਼ਾਇਦ ਹੋ ਸਕਦਾ ਸੀਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਾਮਲਾ ਉਦੋਂ ਹੀ ਨੇੜੇ ਤੇੜੇ ਹੱਲ ਹੋ ਜਾਂਦਾ, ਪਰ ਜੇ ਕਰਨਾ ਹੁੰਦਾ ਤੇ। ਅੱਗੇ CBI ਦੀ ਕਲੋਜ਼ਰ ਰਿਪੋਰਟ ਆ, ਉਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਤੇ ਸੁਖਬੀਰ ਬਾਦਲ ਇਹਨਾਂ ਦੇ ਜਿਹੜੇ ਬਿਆਨ ਆ, ਜਾਂ ਪਤਾ ਨੀ ਆਪ ਭੰਬਲ ਭੂਸੇ ਦੇ ਵਿੱਚ ਜਾਂ ਲੋਕਾਂ ਨੂੰ ਪਾ ਰਹੇ ਆ, ਦੋਨੋਂ ਚੀਜ਼ਾਂ ਨੇ ਜੀ ਐਕਚੁਲੀ। ਜਾਂ ਤਾਂ ਇਹ ਸਮਝਿਆ ਜਾ ਰਿਹਾ ਜੀ ਕਿ ਲੋਕਾਂ ਨੂੰ ਪਤਾ ਹੀ ਕੱਖ ਨੀਗਾ ਲੋਕ ਕਮਲੇ ਨੇ, ਜਾਂ ਖੁਦ ਨੂੰ ਜ਼ਿਆਦਾ ਸਿਆਣੇ ਜਿਹੜਾ ਜੀ ਉਹ ਸਮਝਿਆ ਜਾ ਰਿਹਾ। ਜਿਸ ਦਿਨ ਕਲੋਜ਼ਰ ਰਿਪੋਰਟ ਲੱਗਦੀ ਆ ਉਦਣ ਜਿਹੜੀ ਸਰਕਾਰ ਹੈ ਉਹ ਅਦਾਲਤ ਪਹੁੰਚਦੀ ਹੈ, ਕਹਿੰਦੀ ਸਾਨੂੰ ਇਹਦੀ ਰਿਪੋਰਟ ਦਿਓ। ਰਿਪੋਰਟ ਕਿਉਂ ਮੰਗ ਰਹੀ ਹੈ ਸਰਕਾਰ, ਇਹ ਸਭ ਤੋਂ ਪਹਿਲਾਂ ਸਵਾਲ ਤਾਂ ਇਹ ਸੀਗਾ। ਦੂਸਰਾ ਇਹ ਸੀਗਾ ਕਿ ਜਦੋਂ ਕਲੋਜ਼ਰ ਰਿਪੋਰਟ ਲਾਉਣੀ ਸੀ ਉਦੋਂ ਅਦਾਲਤ ਦੇ ਵਿੱਚ ਡੀ ਨੋਟੀਫਾਈ ਕੀਤਾ ਗਿਆ ਜਿਹੜਾ ਫੈਸਲਾ ਸੀਗਾ, ਜਿਹੜਾ ਪੰਜਾਬ ਵਿਧਾਨ ਸਭਾ ਨੇ ਕੀਤਾ ਸੀਗਾ, ਉਹ ਕਿਉਂ ਨੀ ਲਾਇਆ? ਉਹ ਲਾਇਆ ਜਾਣਾ ਚਾਹੀਦਾ ਸੀਗਾ ਕਿ ਦੇਖੋ ਜੀ ਸਰਬਸੰਮਤੀ ਦੇ ਨਾਲ ਪੰਜਾਬ ਵਿਧਾਨ ਸਭਾ ਕੋਲੇ ਇਹ ਰਾਈਟ ਹੈ ਕਿ ਉਹ ਡੀ ਨੋਟੀਫਾਈ ਕਰ ਸਕਦੀ ਹੈ ਕਿ ਅਸੀਂ ਜਾਂਚ ਨਹੀਂ ਕਰਵਾਉਣੀ, ਜਾਂ ਇਹ ਆ ਕਿ ਉਹ ਡੀ ਨੋਟੀਫਾਈ ਇਸ ਕਰਕੇ ਨੀ ਲਾਇਆ ਗਿਆ ਕਿ ਡੀ ਨੋਟੀਫਾਈ ਕਰਵਾ ਲਿਆ ਗਿਆ ਜਿੱਥੇ ਅੱਗੇ ਪਹੁੰਚਾਉਣਾ ਸੀ, ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚਣਾ ਸੀਗਾ, CBI ਤੱਕ ਪਹੁੰਚਣਾ ਸੀਗਾ, ਉੱਥੇ ਪਹੁੰਚਾਇਆ ਨੀ ਗਿਆ। ਜੇ ਇਹ ਡੀ ਨੋਟੀਫਾਈ ਲਾਉਂਦੇ ਤੇ ਸ਼ਾਇਦ ਹੋ ਸਕਦਾ ਸੀਗਾ ਜਿਹੜੀ ਵਿਸ਼ੇਸ਼ ਅਦਾਲਤ ਆ ਉਹ ਫਿਰ ਉਹਦਾ ਫੈਸਲਾ ਕੁਛ ਵੱਖਰੇ ਤਰੀਕੇ ਦਾ ਜਿਹੜਾ ਜੀ ਉਹ ਹੁੰਦਾ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਇਹਦੇ ਉੱਤੇ ਆ ਗਿਆ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੀ ਪਹਿਲੇ ਦਿਨ, ਕਿ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਲੋਜ਼ਰ ਰਿਪੋਰਟ ਦਾ, ਤੇ ਅਸੀਂ ਇਹਨੂੰ ਚੈਲੰਜ ਕਰਾਂਗੇ ਜੀ ਉੱਪਰਲੀ ਅਦਾਲਤ ਦੇ ਵਿੱਚ। ਇਹ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਆ ਗਿਆ। ਉਦੋਂ ਬਾਅਦ ਉਹਨਾਂ ਦਾ ਬਿਆਨ ਜਿਹੜਾ ਇਹ ਆ ਗਿਆ ਕਿ ਨਹੀਂ ਨਹੀਂ CBI ਨੇ ਜਿਹੜੀ ਕਲੋਜ਼ਰ ਰਿਪੋਰਟ ਲਾਈ ਆ ਉਹਨੇ ਸਰਕਾਰ ਦੀ ਪੋਲ ਖੋਲ ਦਿੱਤੀ ਆ, ਸਰਕਾਰ ਨੇ ਚੋਣਾਂ ਜਿੱਤਣ ਦੇ ਵਾਸਤੇ SIT ਜਿਹੜੀਆਂ ਬਣਾਈਆਂ ਸੀਗੀਆਂ ਤੇ ਸਾਰੀਆਂ SIT ਝੂਠੀਆਂ ਸਾਬਤ ਹੋਈਆਂ ਨੇ। ਇਹਦੇ ਵਿੱਚ ਉਹ ਜਦੋਂ SIT ਦੀ ਗੱਲ ਕਰ ਗਏ ਤੇ ਇਹਦੇ ਵਿੱਚ ਇੱਕ SIT IPS ਸਹੋਤਾ ਹੋਰਾਂ ਵਾਲੀ ਹੋ ਗਈ ਜਿਹਨੇ ਉਹ ਦੋ ਮੁੰਡੇ ਫੜ ਕੇ ਕੁੱਟੇ ਸੀਗੇ ਜੀ। ਔਰ ਉਦੋਂ ਸੁਖਬੀਰ ਸਿੰਘ ਬਾਦਲ ਹੋਰੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿ ਕੇ ਉੱਠ ਗਏ ਸੀਗੇ ਕਿ ਅੱਜ ਮੇਰੇ ਸਿਰ ਤੋਂ ਬੋਝ ਲੈ ਗਿਆ, ਮੈਂ ਤਾਂ ਚੱਲਿਆ ਨਾਢਾ ਸਾਹਿਬ ਗੁਰਦੁਆਰੇ ਮੱਥਾ ਟੇਕਣ, ਜੇ ਯਾਦ ਹੋਵੇ। ਉਦੋਂ ਬਾਅਦ ਬਣਾਈ ਗਈ ਇੱਕ SIT ਸੀ ਰਣਬੀਰ ਸਿੰਘ ਖਟੜਾ ਹੋਰਾਂ ਦੀ ਅਗਵਾਈ ਵਾਲੀ, ਜਿਹਨੇ ਅਸਲ ਦੇ ਵਿੱਚ ਇਹ ਲੱਭਤਾਂ ਲੱਭ ਲਈਆਂ ਸੀਗੀਆਂ ਕਿ ਇਸ BSB ਕਾਂਡ ਦੇ ਪਿੱਛੇ ਅਸਲ ਦੇ ਵਿੱਚ ਕਿਹੜੇ ਕਿਹੜੇ ਨਾਮ ਨੇ। ਉਹਨਾਂ ਨੇ ਹੀ ਮਹਿੰਦਰਪਾਲ ਬਿੱਟੂ ਐਂਡ ਗਰੁੱਪ ਜਿਹੜਾ ਜੀ ਇਹ ਨਾਮਜ਼ਦ ਕੀਤਾ ਸੀ, ਉਹਨਾਂ ਨੇ ਸਾਰੀਆਂ ਜਿਹੜੀਆਂ ਜੀ ਇਹਦੇ ਸਬੂਤ ਲੱਭ ਲਏ ਸੀ। ਮਹਿੰਦਰਪਾਲ ਬਿੱਟੂ ਨੂੰ ਵੀ ਅਰੈਸਟ ਉਹਨਾਂ ਨੇ ਕੀਤਾ ਸੀਗਾ। ਉਦੋਂ ਬਾਅਦ ਅਗਲੀ SIT ਬਣਦੀ ਹੈ, ਉਹ ਸਾਰੀਆਂ SIT ਨੂੰ ਜਿਹੜਾ ਜੀ ਉਹ ਖਤਮ ਕਰ ਗਏ। ਕੱਲ ਉਹਨਾਂ ਦਾ ਬਿਆਨ ਹੋਰ ਆ ਗਿਆ, ਕਹਿੰਦੇ ਕਿ ਮੇਰੇ ਬਿਆਨ ਨੂੰ ਮੀਡੀਆ ਨੇ ਤੋੜ ਮਰੋੜ ਕੇ ਪੇਸ਼ ਕੀਤਾ, ਕਿਤੇ ਇਹ ਕਿਹਾ ਹੀ ਨਹੀਂ ਕਿ ਮਤਲਬ ਕਿ SIT ਜਿਹੜੀਆਂ ਜੀ ਉਹ ਗਲਤ ਸੀਗੀਆਂ। ਉਹ ਕਹਿੰਦੇ ਜਿਹੜਾ ਵੀ ਕਸੂਰਵਾਰ ਹੈ ਉਹਨੂੰ ਫਾਹੇ ਲਾ ਦਿਓ। ਹੁਣ ਇਹ ਬਿਆਨ ਦਿੱਤਾ ਜੀ ਮੁੱਖ ਮੰਤਰੀ ਸਾਹਿਬ ਨੇ, ਜਿਹੜਾ ਉਹ ਡੀ ਨੋਟੀਫਾਈ ਵਾਲਾ ਜਾਂ ਤਾਂ ਭੁੱਲ ਗਏ, ਜਾਂ ਕਿਸੇ ਨੇ ਯਾਦ ਨਹੀਂ ਕਰਵਾਇਆ, ਜਾਂ ਉਹ ਇਹ ਸੋਚਦੇ ਆ ਕਿ ਲੋਕ ਭੁੱਲ ਗਏ। ਮੁੱਖ ਮੰਤਰੀ ਸਾਹਿਬ ਦਾ ਕੱਲ੍ਹ ਦਾ ਜਿਹੜਾ ਬਿਆਨ ਆ ਗਿਆ ਜੀ ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਕਲੋਜ਼ਰ ਰਿਪੋਰਟ ਦੀ ਵਿਰੋਧਤਾ ਕਰਦੇ ਹਾਂ, ਤੇ ਇਹ ਵੀ ਕਹਿਤਾ ਜੀ ਕਿ ਜਿਹੜਾ CBI ਨੂੰ ਅਸੀਂ ਇਹ ਆਖਾਂਗੇ ਅਦਾਲਤ ਦੇ ਵਿੱਚ ਆ ਕੇ ਕਿ ਉਹ ਇਸ ਜਾਂਚ ਨੂੰ ਜਾਰੀ ਰੱਖੇ। ਜਦੋਂ ਤੁਸੀਂ ਡੀ ਨੋਟੀਫਾਈ ਕਰ ਦਿੱਤਾ ਫਿਰ ਤੁਸੀਂ ਜਾਂਚ ਜਾਰੀ ਰੱਖਣ ਦੇ ਵਾਸਤੇ ਕਿਵੇਂ ਕਹੋਗੇ ਜੀ? ਫਿਰ ਇਹ ਦੋ ਗੱਲਾਂ ਦੇ ਵਿੱਚ ਤੁਸੀਂ ਆਪ ਨਹੀਂ ਕਨਫਿਊਜ਼ ਹੋ ਜਾਓਗੇ ਜਾਂ ਦੂਜਿਆਂ ਨੂੰ ਜਿਹੜੇ ਜੀ ਉਹ ਕਨਫਿਊਜ਼ ਨਹੀਂ ਕਰ ਦਿਓਗੇ? ਜੇ CBI ਨੂੰ ਜਾਂਚ ਦੇ ਵਾਸਤੇ ਤੁਸੀਂ ਆਖੋਗੇ ਕਿ ਜਾਂਚ ਕਰ ਲੈ, ਤਾਂ ਫਿਰ ਕੀ ਆਪਣੀ ਜਿਹੜੀ ਬਣਾਈ SIT ਆ
ਉਹਨੂੰ ਭੰਗ ਕਰ ਦਿਓਗੇ ਜਿਹਨੇ ਹੁਣ ਤੱਕ ਜਿਹੜੀਆਂ ਜਿੰਨੀਆਂ ਲਭਤਾਂ ਲੱਭੀਆਂ ਨੇ? ਕੀ ਇਹਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਵੀ ਤੁਸੀਂ ਜਿਹੜਾ ਜੀ ਉਹ ਖਤਮ ਕਰ ਦਿਓਗੇ? ਇਹ ਇਹ ਵੱਡੇ ਸਵਾਲ ਨੇ ਜੀ ਜਿਹੜੇ ਇਹਨਾਂ ਦੋ ਧਿਰਾਂ ਨੇ ਇਸ ਵੇਲੇ ਖੜੇ ਕਰ ਦਿੱਤੇ ਆ ਜੀ। ਜਾਂ ਤਾਂ ਆਪ ਕਨਫਿਊਜ਼ ਨੇ ਜਾਂ ਜਿਹੜਾ ਜੀ ਉਹ ਲੋਕਾਂ ਨੂੰ ਕਨਫਿਊਜ਼ ਕਰ ਰਹੇ। ਬਿਲਕੁਲ, ਭੰਬਲ ਭੂਸਾ ਪਾਇਆ ਹੋਇਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਫੂਡ ਡਿਲੀਵਰੀ ਕੰਪਨੀ ਦੀ, ਉਸਨੇ ਧਰਮ ਦੀ ਅਕੱਟੜਤਾ ਦੇ ਅੱਗੇ ਝੁਕਣ ਤੋਂ ਨਾ ਕੀਤੀ ਆ। ਐਕਚੁਅਲੀ ਜੀ ਇਹ ਜਿਹੜੀ ਅੱਜ ਕੱਲ ਇੱਥੇ ਨਾ ਭਾਰਤ ਦੇ ਵਿੱਚ ਕਿਸੇ ਟਾਈਮ ਇਹ ਸ਼ੁਰੂ ਇੱਥੋਂ ਹੀ ਜਿਹੜਾ ਜੀ ਹੋਇਆ ਸੀਗਾ ਪੰਜਾਬ ਤੋਂ, ਔਰ ਇਹਦੇ ਜਿਹੜੇ ਇਹਦੇ ਸੰਸਥਾਪਕ ਹੈ ਵਿਪਿੰਦਰ ਗੋਇਲ ਹੈ ਉਹਨੇ ਇਹ ਸ਼ੁਰੂ ਕੀਤੀ ਸੀਗੀ। ਇਹਨੂੰ ਵੇਖ ਕੇ ਕਈ ਹੋਰ ਕੰਪਨੀਆਂ ਵੀ ਜਿਹੜੀਆਂ ਦੀ ਆ ਗਈਆਂ, ਇਹ ਇਹਦੇ ਨਾਲ ਆਉਣ ਦੇ ਨਾਲ ਜਿਹੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਵੀ ਨੇ ਨਾ ਉਹ ਵੀ ਇਹਨਾਂ ਦੇ ਨਾਲ ਜੁੜ ਗਈਆਂ ਕਿ ਤੁਸੀਂ ਐਪ ਦੇ ਉੱਤੋਂ ਫੂਡ ਜਿਹੜਾ ਵੀ ਆਰਡਰ ਕਰਨਾ ਤੇ ਉਹ ਤੁਹਾਡੇ ਘਰੇ ਪਹੁੰਚ ਜਾਣਾ। ਤੇ ਇਹ ਜਿਹੜੀਆਂ ਐਪ ਕੰਪਨੀਜ਼ ਨੇ ਇਹਨਾਂ ਨੇ ਸਾਈਨ ਜਿਹੜੇ ਕੀਤੇ ਆ ਜੀ ਡਿਫਰੈਂਟ ਰੈਸਟੋਰੈਂਟ ਤੇ ਦੁਕਾਨਾਂ ਦੇ ਨਾਲ ਸਾਈਨ ਕੀਤੇ ਆ, ਉਹਨਾਂ ਤੋਂ ਇਹ ਪਰਸੈਂਟੇਜ ਫੂਡ ਦੀ ਲੈਂਦੇ ਆ। ਜਿੱਥੇ ਲੋਕਾਂ ਜਿਹੜੇ ਫੂਡ ਵਾਲੇ ਨੇ ਉਹਨਾਂ ਦੀ ਗਾਹਕੀ ਵਧੀ ਆ, ਲੋਕਾਂ ਨੂੰ ਘਰੇ ਫੂਡ ਮਿਲਣ ਲੱਗ ਗਿਆ, ਇਸ ਕਰਕੇ ਬੜੀ ਤੇਜ਼ੀ ਦੇ ਨਾਲ ਜਿਹੜਾ ਨਾ ਜੀ ਫੇਮਸ ਹੋ ਗਿਆ। ਫੇਮਸ ਇੰਨਾ ਕੁ ਹੋਇਆ ਕਿ ਸਮੁੱਚੇ ਮੁਲਕ ਦੇ ਵਿੱਚ ਫੈਲ ਗਿਆ, ਔਰ ਇਸ ਵੇਲੇ ਜਿਹੜਾ ਜੀ ਇਹਨਾਂ ਦੀ ਤੂਤੀ ਬੋਲਦੀ ਆ। ਪਿਛਲੇ ਦਿਨੀ ਕੀ ਹੋਇਆ ਜੀ ਕਿ ਇੱਕ ਜਿਹੜਾ ਵਿਅਕਤੀ ਸੀਗਾ ਉਹਨੇ ਫੂਡ ਆਰਡਰ ਜਿਹੜਾ ਜੀ ਉਹ ਕੀਤਾ, ਔਰ ਇਹ ਜਿਹੜਾ ਮੱਧ ਪ੍ਰਦੇਸ਼ ਦੇ ਜੱਬਲਪੁਰ ਦੇ ਰਹਿਣ ਵਾਲਾ ਸੀਗਾ ਅਮਿਤ ਸ਼ੁਕਲਾ, ਉਹਨੇ ਫੂਡ ਮੰਗਵਾਇਆ, ਔਰ ਜਦੋਂ ਉਹਨੇ ਇਹ ਦੇਖਿਆ ਕਿ ਜਿਹੜਾ ਡਿਲੀਵਰੀ ਬੋਆਏ ਆ ਉਹ ਤਾਂ ਇੱਕ ਦੂਜੇ ਧਰਮ ਦਾ ਹੈ, ਭਾਵ ਕਿ ਮੁਸਲਿਮ ਧਰਮ ਦਾ, ਤਾਂ ਉਹਨੇ ਕੀ ਕੀਤਾ ਜੀ ਕਿ ਜ਼ੋਮੈਟੋ ਨੂੰ ਇਹ ਗੱਲ ਕਹਿਤੀ ਜਿਹੜੀ ਇਹ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਹੈ ਕਿ ਇਹ ਮੈਂ ਵਾਪਸ ਭੇਜ ਰਿਹਾ ਫੂਡ, ਔਰ ਜਿਹੜਾ ਜੀ ਇਹਨੂੰ ਕਿਸੇ ਹੋਰ ਬੰਦੇ ਨੂੰ ਜਿਹੜਾ ਜੀ ਫੂਡ ਦੇ ਕੇ ਭੇਜੋ, ਜਿਹੜਾ ਕਿ ਕਮ ਸੇ ਕਮ ਉਹਨੇ ਇਹ ਗੱਲ ਕਹੀ ਕਿ ਇਸ ਧਰਮ ਦਾ ਜਿਹੜਾ ਜੀ ਉਹ ਨਹੀਂ ਹੋਣਾ ਚਾਹੀਦਾ। ਔਰ ਉਹਨੇ ਇੱਕ ਜਿਹੜਾ ਸੀਗਾ ਜੀ ਇੱਕ ਟਵੀਟ ਕਰ ਦਿੱਤਾ ਜਿਹਦੇ ਵਿੱਚ ਇਹ ਲਿਖਿਆ ਕਿ ਇਸ ਕੰਪਨੀ ਤੋਂ ਆਇਆ ਮੈਂ ਆਰਡਰ ਰੱਦ ਕਰ ਦਿੱਤਾ ਕਿਉਂਕਿ ਉਹਨਾਂ ਨੇ ਮੇਰਾ ਖਾਣਾ ਇੱਕ ਗੈਰ ਹਿੰਦੂ ਵਿਅਕਤੀ ਦੇ ਹੱਥ ਦੇ ਵਿੱਚ ਭੇਜਿਆ ਸੀਗਾ, ਉਹ ਇਹਨੂੰ ਨਾ ਤਾਂ ਬਦਲ ਸਕਦੇ ਆ ਨਾ ਆਰਡਰ ਰੱਦ ਕਰਕੇ ਪੈਸੇ ਜਿਹੜੇ ਦੀ ਉਹ ਵਾਪਸ ਕਰ ਸਕਦੇ ਆ। ਉਹਨੇ ਇਹ ਵੀ ਕਿਹਾ ਕਿ ਜਿਹੜੀ ਕੰਪਨੀ ਆ ਉਹਨੂੰ ਫੂਡ ਦੇਣ ਦੇ ਵਾਸਤੇ ਬੰਨ ਨਹੀਂ ਸਕਦੀ ਤੇ ਉਹਨੂੰ ਉਹਦਾ ਪੈਸਾ ਵਾਪਸ ਚਾਹੀਦਾ ਤੇ ਉਹਦਾ ਆਰਡਰ ਵੀ ਜਿਹੜਾ ਜੀ ਉਹ ਰੱਦ ਕਰ ਦਿੱਤਾ ਜਾਵੇ। ਹੁੰਦਾ ਜੇ ਕੰਪਨੀ ਜਿਹੜੀ ਦੀ ਉਹ ਉਹਨਾਂ ਕੁ ਫੈਸਲਾ ਲੈ ਲੈਂਦੀ ਤੇ ਉਹਦੇ ਪੈਸੇ ਰੱਦ ਕਰਨ ਦੀ, ਪਰ ਇੱਥੇ ਜਿਹੜਾ ਸਟੈਂਡ ਲਿਆ ਗਿਆ ਨਾ ਜੀ ਵਿਪਿੰਦਰ ਗੋਇਲ ਦੇ ਵੱਲੋਂ ਉਹਦੀ ਤਾਰੀਫ ਹੋ ਰਹੀ ਆ ਜੀ, ਕਮ ਸੇ ਕਮ ਇੱਕ ਵੱਡੇ ਤਬਕੇ ਦੇ ਵਿੱਚ ਉਹਦੀ ਤਾਰੀਫ ਇਸ ਪੱਖੋਂ ਹੋ ਰਹੀ ਆ ਕਿ ਵਿਪਿੰਦਰ ਗੋਇਲ ਨੇ ਟਵੀਟ ਕਰਕੇ ਇਹ ਗੱਲ ਜਿਹੜੀ ਦੀ ਕਹੀ ਕਿ ਖਾਣੇ ਦਾ ਫੂਡ ਦਾ ਕੋਈ ਰਿਲੀਜਨ ਨਹੀਂ ਹੁੰਦਾ, ਖਾਣੇ ਦਾ ਕੋਈ ਧਰਮ ਨਹੀਂ ਹੁੰਦਾ, ਖਾਣਾ ਆਪਣੇ ਆਪ ਦੇ ਵਿੱਚ ਇੱਕ ਧਰਮ ਹੈ। ਇਹ ਜਿਹੜੀ ਉਹਦੀ ਤਾਰੀਫ ਹੈ ਵਿਪਿੰਦਰ ਗੋਇਲ ਦੀ ਇਸ ਪੱਖੋਂ ਹੋ ਰਹੀ ਹੈ ਕਿ ਉਹ ਅਸਲ ਦੇ ਵਿੱਚ ਮੁਲਕ ਦਾ ਚਿਹਰਾ ਹੈ ਜਿਹਦੀ ਇਸ ਵੇਲੇ ਜ਼ਰੂਰਤ ਸੀ, ਜੇ ਉਹ ਵੀ ਸਮਝੌਤਾ ਕਰ ਲੈਂਦਾ ਜੇ ਉਹ ਵੀ ਝੁੱਕ ਜਾਂਦਾ ਤੇ ਗੱਲ ਉੱਥੇ ਹੀ ਦੱਬੀ ਜਾਣੀ ਸੀ ਤੇ ਇਹ ਗੱਲ ਹੋਰ ਜ਼ਿਆਦਾ ਅੱਗੋਂ ਜਿਹੜੀ ਸੀ ਉਹ ਵੱਧ ਜਾਣੀ ਸੀ। ਵਿਪਿੰਦਰ ਗੋਇਲ ਦੇ ਵੱਲੋਂ ਲਏ ਗਏ ਇਸ ਸਟੈਂਡ ਦੇ ਉੱਤੇ ਜਿਹੜੇ SY ਕੁਰੈਸ਼ੀ ਨੇ ਉਹਨੇ ਟਵੀਟ ਕਰਕੇ ਜਿਹੜੀ ਦੀ ਇਹ ਗੱਲ ਕਹੀ ਹੈ ਕਿ ਵਿਪਿੰਦਰ ਗੋਇਲ ਦੀ ਸੋਚ ਨੂੰ ਸਲਾਮ ਹੈ ਤੇ ਉਹ ਭਾਰਤ ਦਾ ਅਸਲੀ ਚਿਹਰਾ ਹੈ। ਵੇਖਿਆ ਜਾਵੇ ਤਾਂ ਉਹਨੇ ਇੱਕ ਨਵੇਕੜੀ ਗੱਲ ਤਾਂ ਜਿਹੜੀ ਉਹ ਕੀਤੀ ਆ, ਇੱਕ ਆਪਣੇ ਡਿਲੀਵਰੀ ਬੋਆਏ ਦੇ ਵਾਸਤੇ ਉਹਨੇ ਸਟੈਂਡ ਨਹੀਂ ਲਿਆ ਬਲਕਿ ਇੱਕ ਕੱਟੜ ਸੋਚ ਜਿਹੜੀ ਆ ਜੀ ਭਾਰੂ ਹੋ ਰਹੀ ਆ ਡੇ ਬਾਈ ਡੇ ਉਹਦੇ ਅਗੇਂਸਟ ਜਿਹੜਾ ਜੀ ਇੱਕ ਟਵੀਟ ਦੇ ਰਾਹੀਂ ਸਟੈਂਡ ਲਿਆ। ਪਰ ਹੈਰਾਨਗੀ ਆ ਫਿਰ ਜਿਹਨਾਂ ਲੋਕਾਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਆ, ਜਿਹਨਾਂ ਦੇ ਖਿਲਾਫ ਇਹ ਕੁਛ ਹੋ ਰਿਹਾ ਆ, ਉਹ ਲੋਕ ਬੋਲਦੇ ਕਿਉਂ ਨਹੀਂ ਇਹ ਨਹੀਂ ਸਮਝ ਆਉਂਦੀ। ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਭਾਰਤ ਦੇ ਵਿੱਚ। ਅਤੇ ਅੱਗੇ ਗੱਲ ਕਰਦੇ ਹਾਂ ਜੀ ਕਾਲਾ ਸੰਘਿਆਂ ਦੀ, ਜਿਹੜੀ ਉਹ ਲੋਕਾਂ ਦੀਆਂ ਜ਼ਿੰਦਗੀਆਂ ਖਾ ਰਹੀ ਹੈ ਜਾਂ ਉੱਥੇ ਨਿਗਲ ਰਹੀ ਆ, ਡਰੇਨ ਹੈ ਜਿਹੜੀ ਉੱਥੇ ਜਿਹੜਾ ਇਹ ਕੁਦਰਤੀ ਸੋਮੇ ਨੇ ਉਹਨਾਂ ਦੇ ਵਿੱਚ ਪੈ ਰਹੇ ਗੰਦ ਦਾ ਇਸ਼ੂ ਦਾ ਜਿਹੜਾ ਉਹ ਚੱਲ ਰਿਹਾ। ਮੈਂ ਦੋ ਚੀਜ਼ਾਂ ਡਿਫਰੈਂਟ ਜਿਹੜੀਆਂ ਨੇ ਪੜ੍ਹ ਰਿਹਾ ਸੀ, ਕਹਿੰਦੇ ਸੀ ਕਿ ਹਰ ਸ਼ਹਿਰ ਦੇ ਵਿੱਚ ਕੈਂਸਰ ਦਾ ਹੋਸਪਿਟਲ ਚਾਹੀਦਾ, ਪਰ ਇਹ ਕੈਂਸਰ ਦੀਆਂ ਫੈਕਟਰੀਆਂ ਜਿਹੜੀਆਂ ਨੇ ਇਹਦੇ ਉੱਤੇ ਕੋਈ ਕਿਉਂ ਨਹੀਂ ਜਿਹੜਾ ਉਹ ਸਟੈਂਡ ਲੈ ਰਿਹਾ? ਲੋਕ ਕਿਉਂ ਮਰਨ ਦੇ ਵਾਸਤੇ ਜਿਹੜੇ ਦੀ ਉਹ ਛੱਡੇ ਹੋਏ ਆ? ਇੱਕ ਪਿੱਛੇ ਜੇ ਫਿਲਮ ਆਈ ਸੀ ਕਿ ਪੰਜਾਬ 'ਚ ਤਾਂ ਉਹ ਰਿਲੀਜ਼ ਨਹੀਂ ਹੋਣ ਦਿੱਤੀ, ਹਿੰਦੀ ਦੀ ਫਿਲਮ ਸੀਗੀ ਉਦੋਂ ਪਿਛਲੀ ਸਰਕਾਰ ਹੁੰਦੀ ਸੀ, ਅਜੇ ਕਿਤੇ ਸਮਾਂ ਲੱਗੇ ਤੇ ਉਹ ਦੇਖਣਾ ਫਿਲਮ ਇਰਾਦਾ ਹੈ, ਉਹ ਯੂਟਿਊਬ ਵਗੈਰਾ ਤੇ ਹੈਗੀ ਆ ਜੀ। ਉਹ ਬੜਾ ਕੁਛ ਕਹਿੰਦੀ ਆ ਕਿ ਇੱਥੇ ਕੈਂਸਰ ਕਿਉਂ ਫੈਲਿਆ,
ਜਿਹੜਾ ਜੀ ਉਹ ਇਸੇ ਕਰਕੇ ਇੱਥੇ ਰਿਲੀਜ਼ ਨਹੀਂ ਹੋਣ ਦਿੱਤੀ ਕਿ ਇਸ਼ਾਰਾ ਜਿਹੜਾ ਸੀਗਾ ਜੀ ਉਹ ਪੋਲੀਟੀਸ਼ਨਾਂ ਵੱਲ ਸੀਗਾ, ਉਹਨਾਂ ਪੋਲੀਟੀਸ਼ਨਾਂ ਵੱਲ ਸੀਗਾ। ਕਾਲਾ ਸੰਘਿਆ ਤੇ ਚਿੱਟੀ ਵੇਈ ਦੇ ਵਿੱਚ ਜਿਹੜੀ ਇੰਡਸਟਰੀ ਹੈ, ਚਮੜਾ ਇੰਡਸਟਰੀ, ਉਹਦਾ ਜ਼ਹਿਰੀਲਾ ਪਾਣੀ ਪਿੰਡਾਂ ਦੇ ਵਿੱਚ ਜਿਹੜਾ ਰੰਗਦਾਰ ਚੁੰਨੀਆਂ ਦਾ ਰੰਗ ਚਿੱਟਾ ਜਿਹੜਾ ਜੀ ਉਹ ਕਰ ਰਿਹਾ। ਇਹ ਕੋਈ ਦਿਨ ਨਹੀਂ ਲੰਘਦਾ ਜਦੋਂ ਕਾਲਾ ਸੰਘਿਆ ਡਰੇਨ ਦੇ ਕੰਢੇ ਬੈਠੇ ਪਿੰਡਾਂ ਦੇ ਵਿੱਚ ਵੈਣ ਨਾ ਪੈਂਦੇ ਹੋਣ ਜਾਂ ਉੱਥੇ ਕੋਈ ਸੇਵਾ ਨਾ ਵਲਦਾ ਹੋਵੇ। ਕੈਂਸਰ ਦੇ ਨਾਲ ਮਰਨ ਵਾਲਿਆਂ ਦੇ ਘਰਾਂ ਦੇ ਵਿੱਚ ਪੈ ਰਹੇ ਇਹ ਵੈਣ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਨਹੀਂ ਦਿੰਦੇ, ਨਾ ਪੰਜਾਬ ਸਰਕਾਰ ਦੇ ਕੰਨਾਂ ਦੇ ਵਿੱਚ ਜਿਹੜੇ ਜੀ ਉਹ ਪੈਂਦੇ ਆ। ਇਹਨਾਂ ਪਿੰਡਾਂ ਦੇ ਵਿੱਚ ਵੱਸਦੇ ਪੀੜਤ ਲੋਕ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਹਰ ਘਰ ਨੌਕਰੀ ਦੇਣ ਦਾ ਵਾਅਦਾ ਤਾਂ ਕੀਤਾ ਗਿਆ ਸੀ ਪਰ ਉਹ ਨੌਕਰੀ ਦੀ ਥਾਂ ਹਰ ਰੋਜ਼ ਮੌਤ ਜਿਹੜੀ ਆ ਜੀ ਉਹ ਹੰਡਾ ਰਹੇ ਆ। ਪਿੰਡਾਂ ਦੇ ਲੋਕ ਕਾਲਾ ਸੰਘਿਆਂ ਦੇ ਵਿੱਚ ਵਗ ਰਹੀਆਂ ਜ਼ਹਿਰਾਂ ਲਈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਦੋਸ਼ੀ ਮੰਨਦੇ ਆ। ਚਮੜੇ ਦੀਆਂ ਸੰਤਾਂ ਦੇ ਵਿੱਚੋਂ ਰਾਤ ਨੂੰ ਛੱਡਿਆ ਜਾਂਦਾ ਜ਼ਹਿਰੀਲਾ ਪਾਣੀ ਪਿੰਡਾਂ ਦੇ ਵਿੱਚ ਸੁੱਤੇ ਲੋਕਾਂ ਦਾ, ਸੁੱਤੇ ਪਿਆਂ ਦਾ ਹੀ ਸਾਹ ਘੁੱਟ ਦਿੰਦਾ। ਜਿਹੜੇ ਇੱਥੇ ਨੇੜੇ ਪਿੰਡ ਵਾਸਤੇ ਚਮਿਆਰਾ ਉਹਦੇ ਜਿਹੜੇ ਵਿਅਕਤੀ ਨੇ ਉਹ ਕਹਿੰਦੇ ਆ ਕੋਈ ਏਦਾਂ ਦਾ ਘਰ ਨੀਗਾ ਜਿੱਥੇ ਕੋਈ ਪਰਿਵਾਰ ਗੋਲੀਆਂ ਦਾ ਖੱਬਾ ਨਾ ਖਾਂਦਾ ਹੋਵੇ। ਤੇ ਹੁਣ ਤੱਕ ਇਸ ਪਿੰਡ ਦੇ ਵਿੱਚ ਹੀ 25 ਮੌਤਾਂ ਕੈਂਸਰ ਦੇ ਨਾਲ ਜਿਹੜੀਆਂ ਦੀ ਉਹ ਹੋ ਚੁੱਕੀਆਂ ਨੇ। ਉਹ ਰੌਲਾ ਪਾ ਪਾ ਕੇ ਥੱਕ ਗਏ ਨੇ, ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਲੈਦਰ ਕੰਪਲੈਕਸ ਦਾ ਜਿਹੜਾ ਪਾਣੀ ਡਰੇਨ ਦੇ ਵਿੱਚ ਪੈਂਦਾ ਉਹ ਮਨੁੱਖੀ ਜੀਵਨ ਦੇ ਵਾਸਤੇ ਬਹੁਤ ਘਾਤਕ ਹੈ। ਇਹ ਪਾਣੀ ਆਮ ਤੌਰ ਤੇ ਰਾਤ ਨੂੰ ਜਿਹੜਾ ਜੀ ਉਹ ਛੱਡਿਆ ਜਾਂਦਾ। ਪਿੰਡ ਜਹਾਂਗੀਰ ਪੈਂਦਾ ਜੀ, ਉਹਦੇ ਕੋਲੋਂ ਲੱਗਦੀ ਚਿੱਟੀ ਵੇਈ ਕਰਕੇ ਘਰਾਂ ਦੇ ਭਾਂਡੇ, ਲੋਹੇ ਦੇ ਗੇਟ, ਖੰਭੇ ਜਿਹੜੇ ਸਾਰੇ ਜ਼ਹਿਰੀਲੀ ਹਵਾ ਦੇ ਨਾਲ ਗਲਣੇ ਸ਼ੁਰੂ ਹੋ ਗਏ ਜੀ। ਜੇ ਖੰਭੇ ਗੇਟ ਜਿਹੜੇ ਦੀ ਉਹ ਗਲ ਰਹੇ ਨੇ ਤੇ ਮਨੁੱਖ ਦਾ ਕੀ ਜਿਹੜਾ ਦੀ ਹਾਲ ਹੋਊਗਾ? ਮਨੁੱਖ ਜਾਂ ਜਾਨਵਰ ਜਿਹੜੇ ਜਿਹਨਾਂ ਦੀ ਗੱਲ ਬਹੁਤ ਘੱਟ ਹੁੰਦੀ ਹੈ ਉਹ ਜਿਹੜਾ ਦੀ ਕਰੂਗਾ। ਇਹ ਇਸ ਪਿੰਡ ਦੇ ਜਹਾਂਗੀਰ ਪਿੰਡ ਦੇ 26 ਜੀ ਜਿਹੜੇ ਆ ਜੀ ਉਹ ਕੈਂਸਰ ਦੇ ਨਾਲ ਤੁਰ ਚੁੱਕੇ ਹੋਏ ਆ ਜੀ। ਔਰ ਪਿੰਡ ਗਿੱਲਾਂ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਡਰੇਨ ਦੇ ਦੁਆਲੇ 265 ਪਿੰਡ ਨੇ ਜਿੱਥੇ ਰੋਜ਼ ਮੌਤ ਜਿਹੜੀ ਆ ਜੀ ਉਹ 70 ਵਿਚਾ ਰਹੀ ਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਜਿਨ੍ਹਾਂ ਦੇ ਮੂੰਹ ਤੁੰਨੇ ਹੋਏ ਆ ਨੋਟਾਂ ਦੇ ਨਾਲ ਇਹਨਾਂ ਇੰਡਸਟਰੀਜ਼ ਨੇ, ਉਹਨਾਂ ਨੂੰ ਕੁਛ ਨਹੀਂ ਦਿਖਦਾ। ਉਹ ਅੰਨੇ ਬੋਲੇ ਹੋ ਕੇ ਉੱਥੇ ਲੋਕਾਂ ਦੀ ਮੌਤ ਦੇ ਉੱਤੇ ਜਿਹੜੇ ਪੇਪਰਾਂ ਤੇ ਸਾਈਨ ਕਰੀ ਜਾਂਦੇ। ਦੇਖੋ ਜੀ ਬਣ ਕੀ ਰਿਹਾ। ਅੱਗੇ ਨਸ਼ਾ ਤਸਕਰੀ ਦੀ ਜੇ ਗੱਲ ਕਰੀਏ, ਉਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਇੰਸਪੈਕਟਰ ਗ੍ਰਿਫਤਾਰ। ਜੀ ਜਿਹੜੇ ਜਦੋਂ ਹਰਪ੍ਰੀਤ ਸਿੰਘ ਸਿੱਧੂ ਹੋਰੀ ਪਿਛਲੀ ਵਾਰੀ ਬਣੇ ਹਾਂਜੀ SPF ਦੇ ਚੀਫ, ਤਾਂ ਉਦੋਂ ਇੱਕ ਜਿਹੜੀ ਇੰਸਪੈਕਟਰ ਦੀ ਗ੍ਰਿਫਤਾਰੀ ਹੋਈ ਸੀ। ਹਾਲਾਂਕਿ ਉਹ ਇੰਸਪੈਕਟਰ ਨਹੀਂ ਸੀ, ਕਾਗਜ਼ਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ ਤੇ ਕਹਾਣੀ ਅੱਗੇ ਤੋਂ ਅੱਗੇ ਉੱਧੜਦੀ ਤਾਂ ਤੱਕ ਚਲੇ ਗਈ ਸੀ। ਉਦੋਂ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਇਸ ਵਾਰੀ ਹਰਪ੍ਰੀਤ ਸਿੰਘ ਸਿੱਧੂ ਹੋਰੀ ਫੇਰ ਆਏ, SPF ਦੀਆਂ ਸਰਗਰਮੀਆਂ ਜਿਹੜੀਆਂ ਦੀ ਉਹ ਫੇਰ ਦਿਸਣੀਆਂ ਸ਼ੁਰੂ ਹੋਈਆਂ। ਥਾਂ ਥਾਂ ਦੇ ਉੱਤੇ ਛਾਪੇਮਾਰੀ ਜਿਹੜੀ ਆ ਜੀ ਉਹ ਫੇਰ ਹੋਣੀ ਸ਼ੁਰੂ ਹੋਈ। ਇੱਥੋਂ ਤੱਕ ਹੋ ਗਿਆ ਕਿ ਕੁਛ ਅਫਸਰ ਔਖੇ ਹੋ ਗਏ ਤੇ ਮੁੱਖ ਮੰਤਰੀ ਹੋਰਾਂ ਦਾ ਬਿਆਨ ਤੁਹਾਨੂੰ ਯਾਦ ਹੋਣਾ ਕੁਛ ਦਿਨ ਪਹਿਲਾਂ ਆਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵੀ ਜਿਹੜੇ ਔਖੇ ਆ ਹਰਪ੍ਰੀਤ ਸਿੱਧੂ ਹੋਰਾਂ ਦੀ ਨਿਯੁਕਤੀ ਤੋਂ ਉਹ ਸੈਂਟਰ 'ਚ ਡੈਪੂਟੇਸ਼ਨ ਤੇ ਚਲੇ ਜਾਣ, ਪਰ ਉਹਨਾਂ ਨੂੰ ਹਟਾਇਆ ਨਹੀਂ ਜਾਊਗਾ। ਹੁਣ ਜਿਹੜਾ ਜੀ SPF ਨੇ ਇੱਕ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਜੀ। ਇਹ ਮੋਹਾਲੀ ਦੇ ਵਿੱਚ ਪੈਂਦਾ ਜੀ ਸਨੇਟਾ, ਉੱਥੋਂ ਦਾ ਚੌਂਕੀ ਇੰਚਾਰਜ ਸੀਗਾ ਸੁਖਵਿੰਦਰ ਸਿੰਘ। ਗ੍ਰਿਫਤਾਰ ਕਰਨ ਦਾ ਰੀਜ਼ਨ ਜਿਹੜਾ ਜੀ ਇਹ ਆ ਕਿ ਇੱਕ ਵਿਅਕਤੀ ਤੇ ਉਹਦੀ ਪਤਨੀ ਜੀ ਉਹਨੂੰ SPF ਨੇ ਗ੍ਰਿਫਤਾਰ ਕੀਤਾ। 370 ਗ੍ਰਾਮ ਉਹਦੇ ਕੋਲ ਹੈਰੋਇਨ ਫੜੀ ਤੇ ਉਹਦੀ ਪਤਨੀ ਨਾਲ ਸੀ ਜੀ, ਛੋਟਾ ਜਿਹਾ ਬੱਚਾ ਵੀ ਨਾਲ ਸੀਗਾ, ਤੇ 2.5 ਲੱਖ ਰੁਪਈਆ ਡਰੱਗ ਮਨੀ ਤੇ 170 ਗ੍ਰਾਮ ਸੋਨਾ ਜਿਹੜਾ ਸੀਗਾ ਜੀ ਉਹਨਾਂ ਦੇ ਕੋਲੇ ਸੀਗਾ। ਉਸ ਜਦੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਤਾਂ ਪਹਿਲਾਂ ਵੀ ਫੜੇ ਗਏ ਸੀ ਔਰ ਫੜਿਆ ਸੀ ਉਹਨੂੰ ਸਨੇਟਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ। ਫੜ ਕੇ ਉਹਦੇ ਉੱਤੇ ਕੇਸ ਨਹੀਂ ਬਣਾਇਆ, ਡਰੱਗ ਉਹਦੇ ਕੋਲ ਉਦੋਂ ਵੀ ਫੜੀ ਗਈ ਸੀ। 8 ਲੱਖ ਰੁਪਈਆ ਲੈ ਕੇ ਉਹਨੂੰ ਜਿਹੜਾ ਜੀ ਉਹ ਛੱਡ ਦਿੱਤਾ। ਇਹ ਮਾਮਲਾ ਤਾਂ ਦਰਜ ਹੋ ਗਿਆ ਪਰ SPF ਦੇ ਚੀਫ ਝੰਡੀ ਸੀਗੀ, ਉੱਤੋਂ ਜਦੋਂ ਹਰੀ ਝੰਡੀ ਹੋਈ ਤਾਂ ਰਾਤ ਜਿਹੜਾ ਸੀਗਾ ਜੀ ਸਨੇਟਾ ਜਿਹੜਾ ਚੌਂਕੀ ਇੰਚਾਰਜ ਸੀਗਾ ਸੁਖਮਿੰਦਰ ਸਿੰਘ, ਪਹਿਲਾਂ ਤਾਂ ਉਹਨੂੰ ਚੌਂਕੀ ਤੋਂ ਲਾਹ ਦਿੱਤਾ ਗਿਆ, ਪੁਲਿਸ ਲਾਈਨ ਹਾਜ਼ਰ ਕਰਤਾ, ਬਾਅਦ ਦੇ ਵਿੱਚ ਉਹਦੀ ਅਰੈਸਟ ਜਿਹੜੀ ਆ ਜੀ ਉਹ ਹੋ ਗਈ ਤੇ ਅੱਜ ਉਹਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਜਿਹੜਾ ਜੀ ਉਹ ਕੀਤਾ ਜਾਊਗਾ। ਪੁਲਿਸ ਰਿਮਾਂਡ ਜਿਹੜਾ ਜੀ 2 ਦਿਨ ਦਾ ਉਹਨੂੰ ਮਿਲ ਗਿਆ। ਪੁੱਛਗਿੱਛ ਤੇ ਪਤਾ ਇਹ ਜਿਹੜਾ ਜੀ ਲਾਇਆ ਜਾ ਰਿਹਾ ਕਿ ਹੋਰ ਕਿਹੜੇ ਕਿਹੜੇ ਅੱਗੋਂ ਜਿਹੜੇ ਆ ਜੀ ਉਹ ਸ਼ਾਮਿਲ ਹੈ। ਇਹ ਲੀਰਾਂ ਦੀ ਖਿੱਦੋ ਆ ਜੀ, ਇੱਕ ਵਾਰੀ ਪਹਿਲਾਂ ਵੀ ਉੱਧੜਨੀ ਸ਼ੁਰੂ ਹੋਈ ਸੀ, ਉਦੋਂ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਸੀ ਉਹ ਜਾਣਾ ਪੈ ਗਿਆ। ਹੁਣ ਵੇਖਣਾ ਇਹ ਹੋਊਗਾ ਕਿ ਸੁਖਮਿੰਦਰ ਸਿੰਘ ਤੋਂ ਗਾਹ ਜਿਹੜੀ ਲੀਡ ਮਿਲਦੀ ਆ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਆ। ਹਾਂ ਇਹਨਾਂ ਆ ਇਹ ਗੱਲ ਵੱਡੇ ਪੱਧਰ ਦੇ ਉੱਤੇ ਚੱਲਦੀ ਆ ਕਿ ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਜਿਹੜੀਆਂ ਜੀ ਉਹ ਇਸ ਵੇਲੇ
ਵੱਡੇ ਪੱਧਰ ਦੇ ਉੱਤੇ ਨੇ ਔਰ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇਹ ਨਸ਼ਾ ਵਿਕ ਹੀ ਨਹੀਂ ਸਕਦਾ ਜੀ, ਉਹਨਾਂ ਦੀ ਸਹਿਮਤੀ ਦੇ ਨਾਲ ਹੀ ਵਿਕ ਰਿਹਾ। ਬਿਲਕੁਲ ਜੀ, ਕੋਈ ਮਤਲਬ ਹੀ ਨਹੀਂ ਉੱਦਾਂ ਵਿਕ ਜਾਏ। ਅਤੇ ਅੱਗੇ ਗੱਲ ਕਰਦੇ ਹਾਂ ਜੀ ਪ੍ਰਗਟ ਸਿੰਘ ਦੀ, ਉਹ ਸਿੱਧੂ ਨੂੰ ਮਿਲਾਉਣ ਗਏ ਨਿਰਾਸ਼ ਪਰਤੇ। ਐਕਚੁਅਲੀ ਜੀ ਇਸ ਵੇਲੇ ਕਿਸੇ ਟਾਈਮ ਜਦੋਂ ਸਿੱਧੂ ਬੋਲਦੇ ਸੀ ਤਾਂ ਉਹ ਵੱਡੀਆਂ ਮੁਸ਼ਕਲਾਂ ਖੜੀਆਂ ਕਰਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਖਾਸ ਤੌਰ ਦੇ ਉੱਤੇ, ਤੇ ਹੁਣ ਜਿਹੜਾ ਜੀ ਇਹ ਹੋ ਗਿਆ ਕਿ ਉਹ ਨਹੀਂ ਬੋਲ ਰਹੇ ਤੇ ਤਾਂ ਕਰਕੇ ਜਿਹੜੀਆਂ ਜੀ ਉਹ ਮੁਸ਼ਕਲਾਂ ਖੜੀਆਂ ਕਰ ਰਹੇ ਨੇ ਜੀ ਸਰਕਾਰ ਦੇ ਵਾਸਤੇ ਵੀ। ਇਸ ਵੇਲੇ ਜਿਹੜਾ ਫਿਕਰ ਬਣਿਆ ਹੋਇਆ ਨਾ ਜੀ ਸਰਕਾਰ ਨੂੰ, ਉਹ ਇਸ ਗੱਲ ਦਾ ਬਣਿਆ ਹੋਇਆ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਜੇ ਆਉਂਦੇ ਆ, ਆਉਣ ਦੇ ਚਾਂਸਸ ਨੇ, ਤੇ ਉਹ ਤੱਤੇ ਪਾਣੀ ਦੇ ਵਿੱਚ ਪਾ ਸਕਦੇ ਆ ਜੀ ਕਪਤਾਨ ਖੇਮੇ ਨੂੰ, ਕਿਉਂਕਿ ਜਿੰਨੇ ਇਸ਼ੂਜ ਇਸ ਵੇਲੇ ਖੜੇ ਆ ਉਹ ਇਹਨਾਂ ਇਸ਼ੂ ਉਠਾ ਸਕਦੇ ਆ ਸੰਭਾਵੀ ਰੂਪ, ਜੇ ਉਠਾਉਂਦੇ ਆ ਤੇ ਸਰਕਾਰ ਲਈ ਮੁਸ਼ਕਲਾਂ ਖੜੀਆਂ ਹੋਣਗੀਆਂ। ਪਿਛਲੇ ਦਿਨੀ ਰਾਜਕੁਮਾਰ ਵੇਰਕਾ ਹੋਰੀ ਜਿਹੜੇ ਜੀ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਏ ਸੀਗੇ ਪਰ ਗੱਲਬਾਤ ਕੋਈ ਬਾਹਰ ਆਈ ਨੀ, ਕਹਿੰਦੇ ਜੀ ਇਹ ਕਰਟਸੀ ਕਾਲ ਸੀ। ਏਦਾਂ ਦੀ ਕਰਟਸੀ ਕਾਲ ਦੇ ਵਾਸਤੇ ਹੁਣ ਪ੍ਰਗਟ ਸਿੰਘ ਹੋਰੀ ਪਹੁੰਚੇ। ਪ੍ਰਗਟ ਸਿੰਘ ਹੋਰੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਾਥੀ ਪਹਿਲਾਂ ਵੀ ਜਿਹੜੇ ਵੀ ਉਹ ਰਹੇ ਆ, ਜਦੋਂ ਇਹਨਾਂ ਦੋਨਾਂ ਨੇ ਇੱਕ ਮੰਚ ਜਿਹੜਾ ਬਣਾ ਲਿਆ ਸੀਗਾ ਜਦੋਂ ਆਮ ਆਦਮੀ ਪਾਰਟੀ ਨਾਲ ਵੀ ਇਹਨਾਂ ਦੀ ਗੱਲ ਚੱਲਦੀ ਸੀਗੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ, ਸਮਝਿਆ ਇਹ ਜਾਂਦਾ ਸੀਗਾ ਕਿ ਜਿਹੜੇ ਪ੍ਰਗਟ ਸਿੰਘ ਹੋਰਾਂ ਦੇ ਜਿੱਦਾਂ ਦੇ ਬਿਆਨ ਆ ਰਹੇ ਸੀਗੇ ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਵਖਰੀਵਾਂ ਹੋਇਆ ਸਰਕਾਰ ਤੋਂ, ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰੀ ਪ੍ਰਗਟ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਨਾਲੋਂ ਤੋੜਨ ਦੇ ਵਾਸਤੇ ਉਹਨਾਂ ਨੂੰ ਮੰਤਰੀ ਲੈ ਲੈਣ। ਇਹ ਐਕਚੁਅਲੀ ਜਿਹੜਾ ਮੰਤਰਾਲਾ ਬੇਸ਼ੱਕ ਅਜੇ ਕਿਸੇ ਨੂੰ ਦਿੱਤਾ ਨਹੀਂ ਗਿਆ ਪਰ ਰਾਜਕੁਮਾਰ ਵੇਰਕਾ ਹੋਰਾਂ ਨੂੰ ਜਿਵੇਂ ਕੈਬਨਿਟ ਮੰਤਰੀ ਦਾ ਰੈਂਕ ਮਿਲ ਗਿਆ ਉੱਥੇ ਤਾਂ ਹੁਣ ਜਗ੍ਹਾ ਰਹੀ ਨਹੀਂ ਤੇ ਪ੍ਰਗਟ ਸਿੰਘ ਹੋਰਾਂ ਵਾਲੀ ਗੱਲ ਜਿਹੜੀ ਉਹ ਫਿਰ ਬਣੀ ਨਹੀਂ। ਹੁਣ ਪ੍ਰਗਟ ਸਿੰਘ ਹੋਰੀ ਅੰਮ੍ਰਿਤਸਰ ਗਏ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਿਲਣ, ਦੋ ਘੰਟੇ ਦੇ ਕਰੀਬ ਜਿਹੜਾ ਸੀਗਾ ਜੀ ਉਹ ਉਹਦੇ ਘਰ ਦੇ ਅੰਦਰ ਰਹੇ, ਬੰਦ ਕਮਰਾ ਮੀਟਿੰਗ ਹੋਈ, ਕੋਈ ਮੁਲਾਜ਼ਮ ਕੋਈ ਦਫ਼ਤਰ ਦਾ ਸਟਾਫ ਤੱਕ ਉੱਥੇ ਜਿਹੜਾ ਉਹ ਨਹੀਂ ਸੀਗਾ। ਦੋ ਘੰਟੇ ਉਹ ਕੋਠੀ ਦੇ ਵਿੱਚ ਮਿਲਣ ਆਉਣ ਵਾਲਿਆਂ ਨੂੰ ਵੀ ਨਹੀਂ ਮਿਲੇ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਡੇਲੀ ਜਿਹੜਾ ਜੀ ਉਹ ਮਿਲਣ ਦੇ ਵਾਸਤੇ ਪਹੁੰਚ ਰਹੇ ਆ। ਹੁਣ ਇਹ ਨਹੀਂ ਪਤਾ ਕਿ ਜਿਹੜਾ ਜੀ ਕੀ ਕਾਰਨ ਸੀਗਾ ਕਿ ਡਾਕਟਰ ਰਾਜਕੁਮਾਰ ਵੇਰਕਾ ਹੋਰੀ ਜਿਹੜੇ ਸੀਗੇ ਉਹ ਕੈਬਨਿਟ ਮੰਤਰੀ ਦਾ ਰੈਂਕ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਿਲਣ ਗਏ, ਪ੍ਰਗਟ ਸਿੰਘ ਹੋਰੀ ਇਹ ਰੈਂਕ ਨਾ ਮਿਲਣ ਕਰਕੇ ਜਿਹੜਾ ਜੀ ਉਹ ਮਿਲਣ ਗਏ। ਹਾਲਾਂਕਿ ਪ੍ਰਗਟ ਸਿੰਘ ਹੋਰੀ ਕਹਿੰਦੇ ਕਿ ਉਹ ਰੂਟੀਨ ਦੇ ਵਿੱਚ ਅੰਮ੍ਰਿਤਸਰ ਜਿਹੜਾ ਜੀ ਉਹ ਆਏ ਨੇ, ਰੂਟੀਨ ਦੀ ਇਹ ਮੀਟਿੰਗ ਨਹੀਂ ਹੋ ਸਕਦੀ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਸ ਆ ਗਿਆ ਤਕਰੀਬਨ, ਉਹਨੂੰ ਲੈ ਕੇ ਇਹ ਕਿਤੇ ਨਾ ਕਿਤੇ ਫਿਕਰਮੰਦੀ ਆ ਔਰ ਟੋਣ ਦੀ ਕੋਸ਼ਿਸ਼ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਿ ਉਹਨਾਂ ਦਾ ਪੈਂਤੜਾ ਅਗਲਾ ਕੀ ਆ। ਵੈਸੇ ਜਿਵੇਂ ਮੈਂ ਸ਼ੁਰੂ ਚ ਕਿਹਾ ਸੀਗਾ ਵੀ ਜਿੰਨਾ ਉਹ ਬੋਲ ਕੇ ਵਕਤ ਪਾਉਂਦੇ ਸੀ ਇਸ ਵਾਰੀ ਨਾ ਬੋਲ ਕੇ ਜ਼ਿਆਦਾ ਕੁਛ ਵਕਤ ਜਿਹੜਾ ਜੀ ਉਹ ਪਾਇਆ ਹੋਇਆ। ਲੋਕੀ ਤਾਂ ਬੜੀ ਚਿੰਤਾ ਦੇ ਵਿੱਚ ਆ ਜੀ ਸਾਇੰਸ ਸਰਕਾਰ ਕੇ ਬੋਲਦੇ ਕਿਉਂ ਨਹੀਂ। ਤੇ ਅੱਗੇ ਆਜ਼ਮ ਖਾਨ ਦੀ ਜੇ ਗੱਲ ਕਰੀਏ ਇੱਕ ਹੋਰ ਵਿਵਾਦ ਵਿੱਚ ਫਸੇ। ਦੇਖੋ ਜੀ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਦਾ ਜਿਹੜਾ ਪੁੱਤ ਸੀਗਾ ਜੀ ਅਬਦੁੱਲਾ ਆਜ਼ਮ, ਉਹਨੂੰ ਰਾਮਪੁਰ ਦੇ ਵਿੱਚ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਦੇ ਵਿੱਚ ਜਿਹੜੀ ਛਾਪੇਮਾਰੀ ਹੋਈ ਉਹਦੀ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਦੇ ਦੋਸ਼ ਦੇ ਤਹਿਤ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ। ਸੱਤਾ ਵਿਧਾਨ ਪਰਿਸ਼ਦ ਮੈਂਬਰਾਂ ਦੀ ਅਗਵਾਈ ਦੇ ਵਿੱਚ ਪਾਰਟੀ ਵਰਕਰਾਂ ਨੇ ਰਾਜ ਭਵਨ ਦੇ ਬਾਹਰ ਨਾਅਰੇਬਾਜ਼ੀ ਜਿਹੜੀ ਜੀ ਉਹ ਕੀਤੀ, ਜਿਹਦੇ ਕਰਕੇ ਅਬਦੁੱਲਾ ਆਜ਼ਮ ਨੂੰ ਜਿਹੜਾ ਸੀਗਾ ਜੀ ਉਹ ਹਿਰਾਸਤ ਦੇ ਵਿੱਚ ਲਿਆ ਗਿਆ, ਬਾਅਦ ਵਿੱਚ ਉਹਨੂੰ ਰਿਹਾ ਤਾਂ ਕਰ ਦਿੱਤਾ। ਜੌਹਰ ਯੂਨੀਵਰਸਿਟੀ ਦੇ ਵਿੱਚ ਛਾਪੇਮਾਰੀ ਦੇ ਦੌਰਾਨ ਉਸ ਲਾਇਬ੍ਰੇਰੀ ਦੇ ਵਿੱਚੋਂ 2500 ਤੋਂ ਵੱਧ ਚੋਰੀ ਕੀਤੀਆਂ ਦੁਰਲੱਭ ਕਿਤਾਬਾਂ ਬਰਾਮਦ ਹੋਈਆਂ ਨੇ ਜੀ। ਔਰ ਜਿਹੜੇ ਸੱਪਾ ਸੰਸਦ ਮੈਂਬਰ ਨੇ ਆਜ਼ਮ ਖਾਨ ਜੌਹਰ ਯੂਨੀਵਰਸਿਟੀ ਦੇ ਸੰਸਥਾਪਕ ਤੇ ਚਾਂਸਲਰ ਨੇ, ਯੂਪੀ ਦੇ ਡੀਪੀ ਨੇ ਦੱਸਿਆ ਜੀ ਕਿ ਮੰਗਲਵਾਰ ਸ਼ੁਰੂ ਹੋਏ ਛਾਪੇ ਅੱਜ ਵੀ ਜਾਰੀ ਨੇ। ਸੱਪਾ ਆਗੂਆਂ ਨੇ ਜਿਹੜਾ ਜੀ ਇਹਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀ, ਉਹਨਾਂ ਦੀ ਸੁਰੱਖਿਆ ਕਰਮੀਆਂ ਦੇ ਨਾਲ ਜਿਹੜੀ ਜੀ ਉਹ ਝੜਪ ਵੀ ਹੋਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ 250 ਸਾਲ ਪੁਰਾਣੇ ਇਸ ਮਦਰੱਸੇ ਦੇ ਵਿੱਚੋਂ ਕਿਤਾਬਾਂ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਬਰਾਮਦ ਕੀਤੀਆਂ 2500 ਕਿਤਾਬਾਂ ਤੇ ਮਦਰੱਸਾ ਵਾਲੀਆਂ ਆਲੀਆ ਦੀ ਮੋਹਰ ਜਿਹੜੀ ਹੈ ਜੀ ਉਹ ਲੱਗੀ ਹੋਈ, ਇਹ ਕਿਵੇਂ ਉੱਥੋਂ ਚੋਰੀ ਹੋ ਗਈਆਂ ਇਹ ਸਵਾਲ ਹੈ। ਦੂਜੇ ਪਾਸੇ ਇਹ ਵੀ ਜਿਹੜਾ ਜੀ ਇਹ ਕਿਹਾ ਗਿਆ ਕਿ ਉੱਥੋਂ ਕੁਛ ਮੂਰਤੀਆਂ ਜਿਹੜੀਆਂ ਬਹੁਤ ਕੀਮਤੀ ਨੇ ਉਹ ਵੀ ਬਰਾਮਦ ਕੀਤੀਆਂ ਗਈਆਂ ਨੇ। ਉਧਰ ਸੱਪਾ ਵਾਲੇ ਦੋਸ਼ ਜਿਹੜੇ ਆ ਜੀ ਇਹ ਲਾ ਰਹੇ ਆ ਕਿ ਉਨਾਓ ਦੇ ਵਿਧਾਇਕ ਤੇ ਜਬਰਜਨਾਹ ਦੇ ਮੁਲਜ਼ਮ ਭਾਜਪਾ ਵਿਧਾਇਕ ਕੁਲਦੀਪ ਸਿੰਗਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਉਹ ਮਾਮਲਾ ਜਿਹੜਾ ਜੀ ਉਹ ਦਬਾ ਦਿੱਤਾ ਜਾਵੇ। ਆ ਇੰਨਾ ਆ ਕਿ ਉਸ ਮਾਮਲੇ ਦੇ ਉੱਤੇ ਅੱਜ ਜਿਹੜੀ ਆ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ।
ਸੋ ਲੈਟਸ ਸੀ ਇਹਦੇ ਵਿੱਚੋਂ ਜਿਹੜਾ ਵੀ ਕੀ ਨਿਕਲਦਾ, ਪਰ ਇੰਨਾ ਜ਼ਰੂਰ ਆਇਆ ਕਿ ਸੱਤਾ ਦੇ ਜਿਹੜੇ ਇਹ ਆਗੂ ਨੇ ਮੁਹੰਮਦ ਆਜ਼ਮ ਹੈ ਉਹ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਚਰਚਾ ਦੇ ਵਿੱਚ ਤਾਂ ਜਿਹੜੇ ਅਸੀਂ ਉਹ ਰਹਿੰਦੇ ਆ, ਕਦੀ ਤਾਂ ਉਹ ਬਿਆਨਬਾਜ਼ੀ ਉਹੋ ਜਿਹੀ ਕਰ ਦਿੰਦੇ ਆ ਤੇ ਕਦੀ ਕੁਛ, ਤੇ ਆਹ ਨਵਾਂ ਮਾਮਲਾ ਜਿਹੜਾ ਯੂਨੀਵਰਸਿਟੀ ਦੇ ਵਿੱਚੋਂ ਚੋਰੀ ਦੀਆਂ ਕਿਤਾਬਾਂ ਚੋਰੀ ਦੀਆਂ ਮੂਰਤੀਆਂ ਜਿਹੜੀਆਂ ਜੀ ਉਹ ਮਿਲ ਗਈਆਂ ਨੇ ਬਿਨਾਂ ਕਿਸੇ ਸ਼ੱਕ ਦੇ। ਆਜ਼ਮ ਖਾਨ ਦੀਆਂ ਮੁਸ਼ਕਲਾਂ ਤਾਂ ਇਹਦੇ ਨਾਲ ਵਧੀਆਂ ਨੇ, ਬੇਸ਼ੱਕ ਉਹ ਇਹ ਕਿਉਂ ਨਾ ਕਹੀ ਜਾਣ ਕਿ ਇਹ ਸਾਰਾ ਕੁਛ ਜਿਹੜਾ ਵੀ ਉਹਨਾਂ ਨੂੰ ਦਬਾਉਣ ਦੇ ਵਾਸਤੇ ਭਾਜਪਾ ਦੀ ਉੱਤਰ ਪ੍ਰਦੇਸ਼ ਵਾਲੀ ਸਰਕਾਰ ਕਰ ਰਹੀ ਹੈ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ।